ਜਾਰੀ ਕੀਤਾ ਵਾ, ਉੱਥੇ 145 ਲੱਗੀ ਆ। ਇੱਕ ਕਿਸਾਨ ਨੇ ਭੁੱਖ ਹੜਤਾਲ ਰੱਖੀ ਸੀ, ਉਹਨੂੰ ਕਦੀ ਬਠਿੰਡੇ ਲੈ ਜਾਂਦੇ ਆ, ਕਦੀ ਪਟਿਆਲੇ ਲੈ ਜਾਂਦੇ ਆ, ਪੂਰਨ ਤੌਰ ਤੇ ਉਹਦਾ ਇਲਾਜ ਨਹੀਂ ਕਰਾ ਰਹੀ ਪੰਜਾਬ ਸਰਕਾਰ। ਸਾਡੀਆਂ ਮੰਗਾਂ ਵਾ ਵੀ ਉਹ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ, ਉਹ 145 ਤੋੜੀ ਜਾਵੇ ਤੇ ਉਸ ਜਿਹੜਾ ਕਿਸਾਨ ਦਾ ਇਲਾਜ ਸਰਕਾਰੀ ਤੌਰ ਤੇ ਕਰਵਾਇਆ ਜਾਵੇ। ਪਰ ਸਰਕਾਰ ਇਸ ਛੋਟੀਆਂ ਮੰਗਾਂ ਤੋਂ ਭੱਜ ਰਹੀ ਆ। ਅੱਜ ਪੂਰਨ ਤੌਰ ਤੇ ਸਾਰਾ ਪੰਜਾਬ ਠੱਪ ਕੀਤਾ ਗਿਆ, ਬੰਦ ਕੀਤਾ ਗਿਆ। ਇਸ ਕਰਕੇ ਕਹਿਣਾ ਚਾਹੁੰਦੇ ਵੀ ਪੰਜਾਬ ਸਰਕਾਰ ਪੂਰੀ ਤਰ੍ਹਾਂ ਫੇਲ ਹੋਈ ਆ। ਜਿਹੜੀਆਂ ਵੱਡੀਆਂ ਵੱਡੀਆਂ ਡੀਂਗਾਂ ਮਾਰਦੀ ਸੀ ਵੀ ਅਸੀਂ ਕਿਸਾਨਾਂ ਨੂੰ ਉਹ ਦੇ ਤਾ, ਜਿਹੜੀਆਂ ਆਪਦੇ ਚੇਤਿਆਂ ਨੂੰ ਜ਼ਮੀਨਾਂ ਵਾਹੁਣਾ ਚਾਹੁੰਦੀ ਆ, ਜਿਹੜੇ 70-80 ਸਾਲ ਤੋਂ ਕਾਬਜ਼ਿਆ ਲੋਕ ਆਬਾਦ ਕਰ ਉਹਨਾਂ ਨੂੰ ਜਾਣਨਾ ਚਾਹੁੰਦੀ ਆ, ਤੇ BK ਜੋ ਸਿੱਧੂਪੁਰ ਕਿਸਾਨਾਂ ਨੂੰ ਜਾਣਨ ਨਹੀਂ ਦਿੱਤਾ ਜਾਊਗਾ ਜੀ। ਮੇਰੀ ਬੇਨਤੀ ਸੁਣੋ, 6 ਮਹੀਨੇ ਤੋਂ ਲਗਾਤਾਰ ਫਿਰੋਜ਼ਪੁਰ DC ਦੇ ਧਰਨਾ ਚੱਲ ਰਿਹਾ, 2 ਮਹੀਨੇ ਤੋਂ ਭੁੱਖ ਹੜਤਾਲ ਚੱਲ ਰਹੀ ਆ, ਤੇ ਸਰਕਾਰ ਦੇ ਜੂੰ ਤੱਕ ਨਹੀਂ ਸਰਕੀ, ਤੇ ਫਿਰ ਸਾਨੂੰ ਦੱਸੋ ਸਾਡਾ ਰਾਈਡ ਕੀ ਬਣਦਾ? ਸਾਰੇ ਪੰਜਾਬ 'ਚ ਅੱਜ ਜਾਮ ਆ। ਜੇ 6 ਮਹੀਨੇ ਤੋਂ ਸਰਕਾਰ ਗੱਲ ਤੁਹਾਨੂੰ ਤਿਆਰ ਨਾ ਹੋਵੇ, ਕੋਈ ਮਹੀਨਾ 2 ਮਹੀਨੇ ਬਾਅਦ ਸਰਕਾਰਾਂ ਸੁਣ ਲੈਂਦੀਆਂ ਹੁੰਦੀਆਂ ਗੱਲ, 6-6 ਮਹੀਨਿਆਂ ਤੋਂ 2 ਭੁੱਖ ਹੜਤਾਲ ਰੱਖੀ 2 ਮਹੀਨਿਆਂ ਤੋਂ, ਤੇ ਉਹ ਬੰਦੇ ਬਹੁਤ ਹੀ ਮਤਲਬ ਐਂਡਲੈਸ ਆਵਾਂ ਤੇ ਨੇ, ਤੇ ਸਰਕਾਰ ਗੱਲ ਸੁਣੇ ਨਾ, ਫਿਰ ਲੋਕ ਜਿਹੜੇ ਉਹ ਸੜਕਾਂ ਤੇ ਆਉਂਦੇ ਹੁੰਦੇ, ਇੱਦਾਂ ਇਨਸਾਫ ਦਵਾਉਂਦੇ ਹੁੰਦੇ ਲੋਕਾਂ ਨੂੰ। ਟੋਲ ਫ੍ਰੀ ਕਰਕੇ ਜਾਮ ਕਰ ਦਿੱਤਾ ਗਿਆ, ਵੇਖੋ ਆਪਦੇ ਕੈਮਰੇ ਜਿੰਨਾ ਅਗਲੇ ਹੁਕਮ ਹੈ 12 ਵਜੇ ਦਾ ਇਹ ਧਰਨਾ ਪ੍ਰਦਰਸ਼ਨ ਇੱਥੇ ਹੋ ਰਿਹਾ, ਜਿੰਨਾ ਚਿਰ ਸੂਬਾ ਕਮੇਟੀ ਦਾ ਅੱਗੋਂ ਕੋਈ ਫੈਸਲਾ ਨਹੀਂ ਆ ਜਾਂਦਾ ਉਹਨਾਂ ਚਿਰ ਬਿਲਕੁਲ ਜਾਮ ਰਹੂਗਾ। ਬੇਨਤੀ ਸੁਣੋ ਨਾ, ਜਿਹੜੀ 6-7 ਹਜ਼ਾਰ ਕਿੱਲਾ ਏਕੜ ਪਹਿਲੀ ਆ, ਕਿਸੇ ਦੀ ਕਿੱਲਾ, ਕਿਸੇ ਦੀ 2 ਕਿੱਲਾ, 4 ਕਿੱਲੇ, ਜਿਹੜੇ ਕਿਸਾਨਾਂ ਨੂੰ 70-80 ਸਾਲ ਤੋਂ ਜਾਲਿਆ ਜਾ ਰਿਹਾ, ਉਹਨਾਂ ਦਾ ਕੀ ਕਸੂਰ ਹੈ? ਅਸੀਂ ਆਹ ਲੋਕਾਂ ਦੀ ਖੱਜਲ ਖਰਾਬੀ ਆ। 8 ਦਿਨ ਪਹਿਲਾਂ ਧਰਨਾ ਐਲਾਨ ਕੀਤਾ ਸਾਰੇ ਸੂਬੇ 'ਚ ਵੀ ਆਹ ਧਰਨੇ ਜਿਹੜੇ ਰੋਡ ਜਾਮ ਹੋਣਗੇ, ਪਰ ਪੰਜਾਬ ਸਰਕਾਰ ਨੇ ਸੁਣੀ ਨਹੀਂ ਮੰਗਾਂ ਜੀ। 145 ਲੜਾਈ ਝਗੜੇ ਤੇ ਲਾਈ ਜਾਂਦੀ ਆ, ਤੇ ਸਰਕਾਰ ਜ਼ਮੀਨ ਖੋਣ ਨੂੰ 145 ਲਾ ਰਹੀ ਆ। ਜਿਹੜੀ ਗਰਦੌਰੀ ਆ, ਜਿਹੜੀ 70-80 ਸਾਲਾਂ ਤੋਂ ਗਰਦੌਰੀ ਆ, ਉਹਨੂੰ ਤੋੜ ਰਹੀ ਆ, ਤੇ ਫਿਰ ਦੱਸ ਦਿਓ ਸਾਡੇ ਲਈ ਹੋਰ ਇਨਸਾਫ ਮੰਗਣ ਵਾਲੀ ਕਿਹੜੀ ਚੀਜ਼ ਆ? ਜੇ ਸਰਕਾਰ ਨੂੰ ਇਹ ਗੱਲ ਹੁੰਦੀ ਵੀ ਜਿਹੜੇ ਆਮ ਲੋਕ ਆ ਇਹ ਖੱਜਲ ਖਰਾਬ ਹੋਣਗੇ, ਰੋਡ ਜਾਮ ਹੋਣਗੇ, ਸਰਕਾਰ ਨੂੰ ਮੀਟਿੰਗ ਸੱਦ ਕੇ ਉਹਦਾ ਮਸਲਾ ਹੱਲ ਕਰ ਲੈਣਾ ਚਾਹੀਦਾ ਹੈ। ਪਰ ਸਰਕਾਰ ਵੱਲੋਂ ਇਹੋ ਜਿਹਾ ਕੁਝ ਨਹੀਂ ਕੀਤਾ ਗਿਆ। ਸਰਕਾਰ ਜਿਹੜੀ ਆ ਟਾਲ ਮਟੋਲ ਦੀ ਨੀਤੀ ਦੇ ਵਿੱਚ ਆ। ਜੇ 70-80 ਸਾਲ ਤੋਂ ਬਾਅਦ ਕਰ ਰਿਹਾ ਕਿਸਾਨ, ਜਿਹੜੇ ਪਾਕਿਸਤਾਨ ਤੋਂ ਉੱਜੜ ਕੇ ਆਏ, ਜਦੋਂ ਵੰਡ ਹੋਈ ਭਾਰਤ ਤੇ ਪਾਕਿਸਤਾਨ ਦੀ, ਜਿਹੜੇ ਉੱਜੜ ਕੇ, ਉਹਨਾਂ ਵਿਚਾਰਿਆਂ ਦਾ ਕੀ ਕਸੂਰ ਆ? ਉਹਨਾਂ ਨੂੰ ਅੱਜ ਜਾੜੇ ਜਾੜ ਕੌਣ ਰਿਹਾ? ਉੱਥੋਂ ਦਾ ਹਲਕਾ ਵਿਧਾਇਕ ਜਿਨ੍ਹਾਂ ਨੂੰ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ। ਮੈਂ ਪੁੱਛਣਾ ਚਾਹੁੰਦਾ ਹਾਂ, ਜਿਸ ਤਰ੍ਹਾਂ ਤੁਸੀਂ ਦੋਵੇਂ ਸਾਈਡਾਂ ਤੇ ਬੰਦ ਕਰ ਦਿੱਤੇ, ਪਰ ਆਉਣ ਜਾਣ ਵਾਲੇ ਲੋਕ ਤੇ ਇਦਾਂ ਦਿੱਕਤਾਂ ਸਾਹਮਣੇ। ਅਸੀਂ ਅਲਟੀਮੇਟ ਦੇ ਕੇ ਬੰਦ ਕੀਤੇ, ਪਰ ਜੇ ਸਰਕਾਰ ਹਜੇ ਗੱਲ ਸੁਣਨੂੰ ਤਿਆਰ ਨਹੀਂ, ਸ਼ਾਂਤਮਈ ਕਿਸਾਨ ਬੈਠੇ ਤੇ ਸਰਕਾਰ ਕੋਈ ਗੱਲ ਸੁਣਨੂੰ ਤਿਆਰ ਨਹੀਂ, ਤੇ ਫਿਰ ਇਹ ਲੋਕ ਜਾਮ ਕਰਨਗੇ, ਤੇ ਫਿਰ ਸਰਕਾਰ ਤੁਸੀਂ ਵੇਖਿਓ, ਸਰਕਾਰ ਸ਼ਾਂਤਮਈ ਕਿਸਾਨਾਂ ਨੂੰ ਨਹੀਂ ਆਖੂਗੀ ਵੀ ਇਹਦੀ ਮੰਗ, ਜਦੋਂ ਜਾਮ ਹੋ ਜਾਣਗੇ ਸਰਕਾਰ ਉਹ ਮਸਲੇ ਦਾ ਹੱਲ ਕਰੂਗੀ। ਪਰ ਫਿਰ ਸਰਕਾਰ ਇਹ 'ਚ ਫੇਲ ਹੀ ਆ ਰਿਹਾ, ਜੇ ਕਿਸਾਨ ਸ਼ਾਂਤਮਈ DC ਦਫ਼ਤਰ ਬੈਠਿਆਂ ਦਾ ਹੱਲ ਕਰ ਦਿੰਦੀ ਤੇ ਨਾ ਲੋਕ ਤੇ ਨਾ ਕਿਸਾਨ ਜਿਹੜੇ ਇਹੜੇ ਹੁੰਦੇ। ਇਹ ਹੁਣ ਕਿੰਨੇ ਚਿਰ ਤੱਕ ਚੱਲੂਗਾ? ਜਿੰਨਾ ਚਿਰ ਅਣਮਿੱਥੇ ਸਮੇਂ ਲਈ, ਜਿੰਨਾ ਚਿਰ ਸਰਕਾਰ ਇਹਦਾ ਕੁਝ ਨਹੀਂ ਨਿਬੇੜਦੀ। ਮੇਰੇ ਨਾਲ ਕਿਸਾਨ ਆਗੂ ਬਾਈ, ਕੀ ਕਾਰਨ ਕੀ ਹੈ ਜੀ? ਜੀ ਵੇਖੋ, ਬਿਲਕੁਲ ਅਸ਼ਵਨੀ ਜੀ ਤੁਸੀਂ ਗੱਲ ਕੀਤੀ ਆ ਸਾਡੇ ਪ੍ਰਧਾਨ, ਜ਼ਿਲ੍ਹਾ ਪ੍ਰਧਾਨ ਸਾਹਿਬ ਦੇ ਨਾਲ, ਕਿ ਮੈਂ ਦੱਸ ਦੇਣਾ ਚਾਹੁੰਦਾ ਵਾਂ ਕਿ 8 ਦਿਨ ਪਹਿਲਾਂ ਇਹਨਾਂ ਨੂੰ ਜਿਹੜਾ ਵਾ ਉਹ ਦੱਸ ਦਿੱਤਾ ਗਿਆ ਸੀਗਾ। ਸੋ ਉਹਨਾਂ 8 ਦਿਨਾਂ ਦੇ ਵਿੱਚ ਜੇ ਸਰਕਾਰ ਚਾਹੁੰਦੀ ਟੇਬਲ ਦੇ ਉੱਤੇ ਬੈਠ ਕੇ ਤੇ ਗੱਲ ਕਰ ਸਕਦੀ ਸੀ, ਇਹਨਾਂ ਮਸਲਿਆਂ ਦਾ ਹੱਲ ਕਰ ਸਕਦੀ ਸੀਗੀ, ਪਰ ਸਰਕਾਰ ਜਿਹੜੀ ਆ ਉਹ ਬਿਲਕੁਲ ਸੁੱਤੀ ਹੋਈ ਆ। ਸੋ ਸੁੱਤੀ ਸਰਕਾਰ ਨੂੰ ਜਗਾਉਣ ਵਾਸਤੇ ਮਜਬੂਰਨ ਜਿਹੜਾ ਵਾ ਇਹ ਸਾਨੂੰ ਇਹੋ ਜਿਹੇ ਸਟੈਪ ਲੈਣੇ ਪੈਂਦੇ ਆ। ਔਰ ਰਹੀ ਗੱਲ ਰੋਡ ਜਾਮ ਕਰਨ ਦੀ, ਵੇਖੋ ਜੀ, ਪਹਿਲਾਂ ਜਦੋਂ ਸਟਾਰਟਿੰਗ ਹੋਈ ਆ ਅਸੀਂ ਢਿੱਲ ਦਿੱਤੀ ਆ,
ਸਾਨੂੰ ਉਮੀਦ ਸੀ ਕਿ ਅੱਜ ਵੀ ਸ਼ਾਇਦ ਸਰਕਾਰ ਦੇ ਅਧਿਕਾਰੀ, ਕੋਈ ਪ੍ਰਸ਼ਾਸਨ ਅਧਿਕਾਰੀ ਜਾਂ ਸਰਕਾਰ ਦੇ ਕੋਈ ਨੁਮਾਇੰਦੇ ਸਾਡੇ ਨਾਲ ਆਣ ਕੇ ਗੱਲਬਾਤ ਕਰਕੇ ਇਸ ਮਸਲੇ ਦਾ ਹੱਲ ਕਰਨ ਦਾ ਕੋਈ ਵਿਸ਼ਵਾਸ ਦਿਵਾਉਣਗੇ, ਪਰ ਅਜੇ ਤੱਕ ਇੱਥੇ ਜਿਹੜਾ ਵਾ ਕੋਈ ਅਜੇ ਤੱਕ ਕੋਈ ਉੱਚ ਅਧਿਕਾਰੀ ਨਹੀਂ ਆਇਆ, ਜਿਹਦਾ ਕਰਕੇ ਸਾਨੂੰ ਵੀ ਪਤਾ ਕਿ ਲੋਕਾਂ ਨੂੰ ਰਸਤੇ ਜਾਮ ਹੋਣ ਦੇ ਨਾਲ ਪਰੇਸ਼ਾਨ ਹੁੰਦੀ ਆ। ਜਿਸ ਤਰ੍ਹਾਂ ਐਂਬੂਲੈਂਸ ਹੈਗੀ ਆ, ਸਕੂਲ ਦੇ ਬੱਚੇ, ਉਹਨਾਂ ਨੂੰ ਕਿਸ ਤਰ੍ਹਾਂ ਉਹਨਾਂ ਰਾਹਤ? ਬਿਲਕੁਲ ਜੀ, ਵੇਖੋ ਵਲੰਟੀਅਰ ਜਿਹੜੇ ਸਾਡੇ ਨੇ ਉਹ ਪੂਰੇ ਡਟੇ ਹੋਏ ਆ।